बलाबलो महला पंजवा लाल रंग तिस को लगा जिस कै बड़ भागा मैला कदी ना होवई नह लागै दगा लाल रंग तिस को लगा जिस कै बड़ भागा मैला कदी ना होवई नह लागै दगा प्रभ पाया सुख दाइया मिलिया सुख पाए सहज समाना पीतरे छोड़िया नह जाए रहाओ जरा मरा नह व्यापई फिर दुख ना पाया पी अमृत या गानिया गुरी अमर कराया सो जाने जिन चखे आओ हर नाम अमोला कीमत कही ना जाइए क्या कह मुख बोला सफल दर्श तेरा पार ब्रह्म गुण निद तेरी बाणी पावूं धूर तेरे दास की नानक कुर्बानी पावूं धूर तेरे दास की नानक कुर्बानी शब्द गुरु साहिब श्री गुरु ग्रंथ साहिब महाराज सच्चे पातशाह जी दी पावन पवित्र हजूरी दे विच सुभाईमान गुरु प्यारियो आप सारे अति सत्कार योग हों बड़भागे हों रोज दे मुताबक गुरबाणी लड़ीवार सुनदे आ रहे हो आओ गुरु पातशाह जी दी पावन बाणी दी विचार आरंभगी सारिया ने गुरफतेह दी सांझ पाउणी प्यार विच भिज के बोलना जी आखियो वाहिगुरु जी का खालसा वाहिगुरु जी की फतेह अज दा जो शब्द आपां काव रूप दे विच पढ़िया है इस पावन शब्द नूं उचारण करन वाले रचनहारे पातशाह शहीदां दे सरताज गुरु अर्जन साहिब महाराज जी हन बलावल राग दे विच बलावल महला पंजवां जो रहाओ दा सरलेख है उस दे विच पातशाह ने की कुछ छुपाया प्रभ पाया सुख दाइया मिलिया सुख पाई प्रभ पाया सुख दाइया भाव सुख देण वाला प्रभु परमात्मा जदों उसनू पा लिया मिलिया सुख पाई मैनू मेरी जिंदगी दे विच अनेकां किस्मां दे सुख नसीब हो गए मिलने शुरू हो गए अनेकां किस्मां दे मिलिया सुख पाए चलो इस गल नाल तुसी सारे सहमत होवोगे बड़े बारी विचारां आपां कीतियां ने भी जिहड़ा बाहरी मनुखी शरीर है इस शरीर दे नाल जुड़िया होया पूरे दा पूरा मटीरियल है ये मटीरियल दे विच्चों मनुख नूं सुख नहीं मिलदा जिहड़ा सुख आ ना
ਉਹ ਤਾਂ ਪਰਮਾਤਮਾ ਦੀ ਨਾਮ ਬਾਣੀ ਨਾਲ ਜੁੜ ਕੇ, ਗਿਆਨ ਨਾਲ ਜੁੜ ਕੇ, ਸਤਸੰਗੀਆਂ ਨਾਲ ਜੁੜ ਕੇ, ਚੰਗੇ ਭਲੇ ਦੇ ਕਾਰਜਾਂ ਨਾਲ ਜੁੜ ਕੇ, ਸੰਤੋਖ ਸਬਰ ਦੀ ਜ਼ਿੰਦਗੀ ਜਿਉਂਦਿਆਂ ਹੋਇਆਂ ਬੰਦਾ ਸੁਖੀ ਜੀਵਨ ਮਹਿਸੂਸ ਕਰ ਸਕਦਾ। ਨਹੀਂ ਤਾਂ ਬਿਨਾਂ ਸੰਤੋਖ ਨਹੀਂ ਕੋ ਰਾਜੇ ਦੀ ਗੱਲ ਕਹਿ ਕੇ ਕੀ ਸਮਝਾਏਗਾ, ਬੰਦਾ ਕਦੇ ਰੱਜ ਨਹੀਂ ਸਕਦਾ। ਜੋ ਰੱਜਿਆ ਨਹੀਂ ਉਹ ਕਦੇ ਸੁਖੀ ਨਹੀਂ ਹੋ ਸਕਦਾ। ਬਾਹਰੀ ਪਦਾਰਥ ਵਾਦੇ ਆਪਾਂ ਸਿਸਟਮ ਨੂੰ ਵੇਖੀਏ ਤਾਂ ਸਾਡੇ ਕੋਲ ਬਹੁਤ ਕੁਛ ਆ, ਪਰ ਅਸੀਂ ਰੱਜੇ ਫਿਰ ਵੀ ਨਹੀਂ ਹਾਂ, ਸੁੱਖ ਫਿਰ ਵੀ ਨਹੀਂ ਮਿਲਿਆ। ਪਰ ਇੱਥੇ ਗੱਲ ਸੁੱਖ ਦੀ ਕੀਤੀ ਆ, ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ, ਨਾਮ ਹਰ ਸੋਭਾ। ਫਿਰ ਗੁਰੂ ਦੀ ਸ਼ਰਨ ਵਿੱਚ ਆਉਣ ਕਰਕੇ ਸਾਨੂੰ ਨਾ ਸੁੱਖ ਪ੍ਰਾਪਤ ਹੋਵੇਗਾ, ਨਸੀਬ ਹੋਵੇਗਾ। ਗੁਰੂ ਦੀ ਸ਼ਰਨ ਵਿੱਚ ਬੈਠ ਕੇ, ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ, ਮਤਲਬ ਗੁਰੂ ਨੂੰ ਕੱਲ੍ਹ ਦੀ ਵਿਚਾਰ ਵਿੱਚ ਆਪਾਂ ਸੁਣਿਆ ਸੀ, ਆਪਣੇ ਹਿਰਦੇ 'ਚ ਪ੍ਰਕਾਸ਼ ਕਰਕੇ। ਇੱਕ ਬਾਹਰੀ ਪ੍ਰਕਾਸ਼ ਹੈ, ਇੱਕ ਹਿਰਦੇ 'ਚ ਪ੍ਰਕਾਸ਼ ਹੈ। ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਿਲਿਆ ਸੁੱਖ ਪਾਏ। ਅੱਗੇ ਜ਼ਿਕਰ ਕਰਦੇ ਨੇ, ਸਹਿਜ ਸਮਾਨੇ ਭੀਤਰੇ ਛੋੜਿਆ ਨਹੀਂ ਜਾਏ ਰਹਾਉ। ਸਹਿਜ ਸਮਾਨੇ ਭੀਤਰੇ, ਹੁਣ ਗੁਰੂ ਸਾਹਿਬ ਜੀ ਕਹਿੰਦੇ ਆਤਮਕ ਅਡੋਲਤਾ ਵਿੱਚ ਸਹਿਜ ਸਮਾਨੇ, ਮਤਲਬ ਅੰਦਰੋਂ ਟਕਾ, ਬਿਲਕੁਲ ਸ਼ਾਂਤ ਚਿੱਤ, ਸਹਿਜ ਸਮਾਨੇ ਭੀਤਰੇ। ਫਿਰ ਪਾਤਸ਼ਾਹ ਜੀ ਕਹਿੰਦੇ ਕੀ ਹੈ, ਭੀਤਰੇ ਛੋੜਿਆ ਨਹੀਂ ਜਾਏ ਰਹਾਉ। ਭੀਤਰੇ ਤੋਂ ਭਾਵ ਹੈ ਹਿਰਦੇ ਦੇ ਵਿੱਚ, ਭਾਵ ਆਪਣੇ ਅੰਦਰ, ਭੀਤਰੇ ਭੀਤਰ ਹਿਰਦਾ। ਸਹਿਜ ਸਮਾਨੇ ਭੀਤਰੇ ਛੋੜਿਆ ਨਹੀਂ ਜਾਏ, ਕਹਿੰਦੇ ਫਿਰ ਜਿਨ੍ਹਾਂ ਦੇ ਹਿਰਦੇ 'ਚ ਉਸ ਵਾਹਿਗੁਰੂ ਪਰਮੇਸ਼ਰ ਦੀ ਮੱਤ ਟਿਕ ਜਾਵੇ, ਮਤਲਬ ਸਾਡੇ ਹਿਰਦਾ ਰੂਪੀ ਬਰਤਨ ਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਗਿਆਨ ਰੂਪੀ ਦੁੱਧ ਟਿਕ ਜਾਵੇ। ਜਦੋਂ ਟਿਕ ਗਿਆ ਨਾ, ਫਿਰ ਪਾਤਸ਼ਾਹ ਜੀ ਕਹਿੰਦੇ ਜ਼ਿੰਦਗੀ ਭਰਪੂਰ ਹੈ। ਆਪਾਂ ਆਮ ਕਹਿੰਦੇ ਹਾਂ ਨਾ, ਮਤਲਬ ਸਾਡੀ ਜ਼ਿੰਦਗੀ ਕਿਵੇਂ ਆ ਜੀ, ਜ਼ਿੰਦਾਬਾਦ, ਜ਼ਿੰਦਗੀ ਭਰਪੂਰ ਹੈ, ਜ਼ਿੰਦਗੀ ਚੜ੍ਹਦੀ ਕਲਾ 'ਚ ਹੈ। ਪਰ ਸ਼ਾਇਦ ਇਹਨਾਂ ਗੱਲਾਂ ਨਾਲ ਕਦੇ ਆਪਾਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਮੈਚਿੰਗ ਕਰਕੇ ਵੇਖੀਏ, ਮਿਲ ਕੇ ਵੇਖੀਏ, ਤਾਂ ਅਸੀਂ ਇਸ ਗੱਲ ਤੋਂ ਖਾਲੀ ਰਹਿ ਜਾਵਾਂਗੇ। ਪਾਤਸ਼ਾਹ ਜੀ ਕਹਿੰਦੇ ਕਿੰਨਾ ਦੀ ਜ਼ਿੰਦਗੀ ਜ਼ਿੰਦਾਬਾਦ ਹੈ, ਕਿੰਨਾ ਦੀ ਜ਼ਿੰਦਗੀ ਭਰਪੂਰ ਹੈ, ਕਿੰਨਾ ਦੀ ਜ਼ਿੰਦਗੀ ਅੰਤਰ ਆਤਮੇ ਟਿਕ ਕੇ ਸੁੱਖ ਮਾਣ ਰਹੀ ਹੈ। ਉਹਨੇ ਉਹ ਸਹਿਜ ਸਮਾਨੇ ਭੀਤਰੇ, ਸਹਿਜ ਦੀ ਅਵਸਥਾ ਜ਼ਿੰਦਗੀ ਜਿਉਂਦਿਆਂ, ਭੀਤਰੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਨੂੰ ਹਿਰਦੇ ਵਿੱਚ ਜਿਨ੍ਹਾਂ ਨੇ ਵਸਾ ਲਿਆ, ਟਕਾ ਲਿਆ, ਉਹ ਅਸਲ ਦੇ ਵਿੱਚ ਆਪਣੀ ਜ਼ਿੰਦਗੀ 'ਚ ਸੁੱਖ ਪਾਉਂਦੇ ਨੇ। ਫਿਰ ਜੋ ਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ ਰਹਾਉ, ਅਤੇ ਰਹਾਉ ਦਾ ਪਦ ਹੁੰਦਾ ਗਾ ਵੀ ਪੂਰੇ ਸ਼ਬਦ ਦਾ ਰਸ ਸੈਂਟਰ। ਹੁਣ ਰਹਾਉ ਦੇ ਪਦ ਵਿੱਚ ਕੀ ਕਹਿਤਾ ਵੀ ਆਪਣੇ ਆਪ ਨੂੰ ਸਹਿਜ ਦੀ ਅਵਸਥਾ ਵਿੱਚ ਲੈ ਕੇ ਜਾ, ਆਪਣੇ ਆਪ ਨੂੰ ਤੂੰ ਮਾਲਕ ਪਰਮੇਸ਼ਰ ਦੇ ਨਾਮ ਨਾਲ ਜੋੜ, ਉਹਦਾ ਨਾਮ ਕੀ ਹੈ ਅਤੇ ਤੈਨੂੰ ਕੀ ਬਣਾਉਂਦਾ ਗਾ, ਅੱਗੇ ਆਓ। ਫਿਰ ਪਾਤਸ਼ਾਹ ਨੇ ਅਗਲੀਆਂ ਸਤਰਾਂ 'ਚ ਲਿਖਿਆ, ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਵੱਡ ਪਹਗਾ, ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਵੱਡ ਭਾਗਾ, ਲਾਲ ਰੰਗ ਮੰਨ ਲਓ ਵੀ ਲਾਲ ਰੰਗ 'ਤੇ ਜੇ ਆਪਾਂ ਥੋੜ੍ਹੀ ਜਿਹੀ ਸੰਖੇਪ ਵਿਚਾਰ ਕਰੀਏ ਤਾਂ ਇਹਦਾ ਮਤਲਬ ਕੀ ਹੈ। ਲਾਲ ਰੰਗ ਦੇ ਕੱਪੜੇ ਜੋ ਸਾਡੀ ਸੁਹਾਗਣ ਬੱਚੀ ਆ, ਧੀ ਆ ਸਾਡੀ, ਜਦੋਂ ਵਿਆਹੀ ਜਾਂਦੀ ਆ ਤਾਂ ਉਦੋਂ ਲਾਲ ਰੰਗ ਦਾ ਜਿਹੜਾ ਲਿਬਾਸ ਆ ਉਹ ਪਹਿਨਦੀ ਹੈ। ਇੱਕ ਖੁਸ਼ੀ ਦਾ ਲਿਬਾਸ ਆਪਾਂ ਮੰਨ ਸਕਦੇ ਹਾਂ, ਮਨੁੱਖੀ ਭਾਵਨਾ ਦੇ ਵਿੱਚ ਖੇੜਾ ਲਿਆਉਣ ਵਾਲਾ।
ਬਾਹਰੀ ਤੌਰ ਤੇ ਆਤਮਕ ਤਲ ਤੇ ਨਹੀਂ ਬਾਹਰੀ ਤੌਰ ਤੇ ਮਨੁੱਖ ਦੀ ਭਾਵਨਾ ਅਨੁਸਾਰ। ਚਲੋ ਲਾਲ ਰੰਗ ਤਿਸਕੋ ਲੱਗਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਇਹ ਲਾਲ ਰੰਗ ਫਿਰ ਕਿਹਨੂੰ ਕਿਹਨੂੰ ਲੱਗ ਗਿਆ, ਕਿਹਦੇ ਕਿਹਦੇ ਤਨ ਤੇ ਲਾਲ ਰੰਗ ਦੀ ਪੁਸ਼ਾਕ ਪੈ ਚੁੱਕੀ ਹੈ। ਮੰਨ ਲਵੋ ਵੀ ਗੁਰੂ ਨੇ ਸਾਨੂੰ ਪੁੱਛ ਲਿਆ ਤੇ ਅਸੀਂ ਗੁਰੂ ਕੋਲੇ ਸੁਸ਼ੋਭਿਤ ਹਾਂ, ਬੈਠੇ ਹਾਂ, ਅਸੀਂ ਆਪਣਾ ਹੱਥ ਖੜਾ ਕਰ ਦਿੱਤਾ ਵੀ ਸਾਨੂੰ ਲਾਲ ਰੰਗ ਦੀ ਜਿਹੜੀ ਬਖਸ਼ਿਸ਼ ਆ ਉਹ ਮਿਲ ਚੁੱਕੀ ਆ। ਹੁਣ ਗੁਰੂ ਸਾਹਿਬ ਜੀ ਕਹਿੰਦੇ ਲਾਲ ਰੰਗ ਤਿਸਕੋ ਲੱਗਾ ਜਿਸ ਕੈ ਬੜਭਾਗਾ। ਫਿਰ ਜਿਨ੍ਹਾਂ ਜਿਨ੍ਹਾਂ ਦੇ ਜੀਵਨ 'ਚ ਲਾਲ ਰੰਗ ਲੱਗ ਗਿਆ ਤੇ ਉਹ ਕੀ ਬਣ ਗਏ? ਬੜਭਾਗੇ ਬਣ ਗਏ। ਜਿਸ ਸੁਹਾਗਣ ਬੱਚੀ ਨੇ ਆਪਣੇ ਸੁਹਾਗ ਨੂੰ ਚੜ੍ਹਦੀ ਕਲਾ 'ਚ ਰੱਖਿਆ ਤੇ ਆਪਣੇ ਪਤੀ ਦੇ ਨਾਲ ਮਿਲ ਕੇ ਵਿਚਾਰਧਾਰਾ ਮਿਲਾ ਕੇ ਜ਼ਿੰਦਗੀ ਨੂੰ ਸੋਹਣਾ ਬਣਾਇਆ, ਜ਼ਿੰਦਗੀ ਨੂੰ ਨਿਖਾਰਿਆ, ਉਹਨੂੰ ਆਪਣੇ ਪਤੀ ਤੇ ਆਪਣੇ ਪਤੀ ਨਾਲ ਮਿਲ ਕੇ ਚੱਲਣ ਤੇ ਆਪਣੇ ਪਤੀ ਨਾਲ ਜੁੜ ਕੇ ਰਹਿਣ ਤੇ ਇਸ ਗੱਲ ਦਾ ਮਾਣ ਹੈ। ਉਹ ਜਿਹੜਾ ਮਾਣ ਕਰਦੀ ਹੈ ਨਾ ਬਾਹਰੀ ਤੌਰ ਤੇ ਲਾਲ ਕੱਪੜੇ ਤੇ, ਅੰਦਰੋਂ ਜਿਹੜਾ ਮਾਣ ਕਰ ਰਹੀ ਆ ਉਹ ਮਾਣ ਵੀ ਉਹਦਾ ਲਾਲ ਰੰਗ ਬਣ ਗਿਆ। ਭਾਈ ਅੱਗੋਂ ਗੱਲ ਸਾਨੂੰ ਕਹੀ ਆ, ਸਾਡਾ ਜੀਵਨ ਵੀ ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਨਾਲ ਜੁੜ ਕੇ ਨਾ ਲਾਲ ਹੋ ਜਾਣਾ ਚਾਹੀਦਾ, ਲਾਲ ਲਾਲ ਹੋ ਜਾਣਾ ਚਾਹੀਦਾ। ਅੱਛਾ, ਜਿਹੜਾ ਇਹ ਲਾਲ ਹੋਣਾ ਇਹ ਹੋਣਾ ਗਾ ਗੁਣਾਂ ਦੇ ਆਧਾਰ ਤੇ, ਉਹ ਆਪਾਂ ਰੋਜ਼ ਹੀ ਸੁਣਦੇ ਹਾਂ। ਗੁਰੂ ਜੀ ਦੀ ਬਖਸ਼ਿਸ਼ ਦੇ ਆਧਾਰ ਤੇ, ਗੁਰੂ ਪਰਮਾਤਮਾ ਦੇ ਪਾਕ ਤੇ ਪਵਿੱਤਰ ਬੋਲਾਂ ਦੇ ਆਧਾਰ ਤੇ ਲਾਲ ਰੰਗ ਹੋਣਾ, ਉਹਦਾ ਲਾਲ ਰੰਗ ਸਾਡੇ ਸਮਾਜ ਵਿੱਚ ਬਹੁਤ ਆ, ਉਹਦੀ ਗੱਲ ਨਹੀਂ ਹੈ। ਜਦੋਂ ਅੰਤਰ ਆਤਮੇ ਸ਼ਬਦ ਦਾ ਨਿਵਾਸ ਹੋ ਗਿਆ, ਟਿਕ ਗਿਆ, ਅੰਦਰ ਰੂਹ ਦੀ ਖੁਰਾਕ ਜਾਣ ਲੱਗ ਗਈ, ਅੰਦਰ ਟਿਕੇ ਹੋਏ ਸ਼ੁਭ ਵਿਚਾਰਾਂ ਨੂੰ ਹੀ ਗੁਰੂ ਲਾਲ ਰੰਗ ਕਹਿੰਦਾ। ਲਾਲ ਰੰਗ ਤਿਸਕੋ ਲੱਗਾ, ਆਹ ਰੰਗ ਕਿਹਨੂੰ ਲੱਗਿਆ? ਭਾਈ ਜਿਸ ਕੈ ਬੜਭਾਗਾ, ਜਿਹਨੂੰ ਫਿਰ ਇਹ ਲਾਲ ਰੰਗ ਦੀ ਬਖਸ਼ਿਸ਼ ਹੋ ਗਈ ਉਹ ਬੰਦੇ ਬੜਭਾਗੇ ਨੇ, ਚੰਗੀ ਕਿਸਮਤ ਵਾਲੇ, ਚੰਗੇ ਭਾਗਾਂ ਵਾਲੇ ਕਹਿ ਲਓ, ਉਹ ਚੰਗੇ ਭਾਗਾਂ ਵਾਲੇ ਨੇ। ਫਿਰ ਅੱਗੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਇਹ ਲਾਲ ਰੰਗ 'ਚ ਇੱਕ ਖਾਸ ਗੱਲ ਆ। ਵੈਸੇ ਤਾਂ ਦੁਨੀਆਂ ਦੇ ਵਿੱਚ ਕੋਈ ਐਸੀ ਵਸਤੂ ਨਹੀਂ ਹੈ ਜਿਹੜੀ ਮੈਲੀ ਨਾ ਹੋਵੇ, ਪੂਰੀ ਦੁਨੀਆਂ ਦੇ ਵਿੱਚ ਐਸੀ ਕੋਈ ਵਸਤੂ ਨਹੀਂ ਹੈ, ਪਦਾਰਥ ਨਹੀਂ ਹੈ ਜਿਹੜਾ ਕਦੇ ਨਾ ਮੈਲਾ ਹੋਇਆ ਹੋਵੇ। ਕਿਸੇ ਰੰਗ ਦਾ, ਕਿਸੇ ਰੂਪ ਦਾ, ਕਿਸੇ ਆਕਾਰ ਦਾ, ਕਿਸੇ ਸਹਿਜ ਦਾ ਹੋਵੇ ਇਹਦੇ ਨਾਲ ਕੋਈ ਮਤਲਬ ਨਹੀਂ। ਹੁਣ ਪਾਤਸ਼ਾਹ ਨੇ ਕੀ ਕਿਹਾ ਗਾ, ਕਹਿੰਦੇ ਦੁਨਿਆਵੀ ਤਲ ਤੇ ਜੇ ਦੇਖੀਏ ਨਿਗਾਹ ਮਾਰ ਕੇ ਤਾਂ ਦੁਨੀਆਂ ਦੇ ਵਿੱਚ ਕੋਈ ਮੈਲ ਤੋਂ ਬਚਿਆ ਨਹੀਂ, ਸਭ ਮੈਲੇ ਨੇ, ਸਭ ਦੇ ਜੀਵਨ ਨੂੰ ਮੈਲ ਚੜ੍ਹੀ ਹੋਈ ਆ, ਸਭ ਦੇ ਅੰਦਰ ਨੂੰ ਮੈਲ ਚੜ੍ਹੀ ਹੋਈ ਆ, ਗੱਲ ਖਤਮ। ਪਰ ਇੱਕ ਲੋਕ ਬੜੇ ਸਿਆਣੇ ਨੇ, ਬੜੇ ਕਾਇਮ ਨੇ, ਬੜੇ ਆਪਣੇ ਕਰਮ ਧਰਮ ਵਿੱਚ ਪਰਪੱਕ ਨੇ, ਉਹ ਕਿਹੜੇ ਲੋਕ ਨੇ? ਉਹ ਕੌਣ ਨੇ ਜਿਨ੍ਹਾਂ ਦੀ ਪਰਪੱਕਤਾ ਦੀ ਗੱਲ ਕੀਤੀ ਹੈ, ਜਿਨ੍ਹਾਂ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ? ਉਹ ਨੇ ਗੁਰੂ ਤੇ ਰੱਬੀ ਪਰਮਾਤਮਾ ਤੇ, ਉਹ ਮਾਲਕ ਦੇ ਬੋਲਾਂ ਤੇ ਭਰੋਸਾ ਰੱਖ ਕੇ, ਪ੍ਰਤੀਤ ਰੱਖ ਕੇ ਜ਼ਿੰਦਗੀ ਜਿਉਣ ਵਾਲੇ। ਫਿਰ ਗੁਰੂ ਉਹਨਾਂ ਨੂੰ ਲਾਲ ਰੰਗ ਦੀ ਪੁਸ਼ਾਕ ਦੇ ਦਿੰਦਾ ਗਾ, ਪੁਸ਼ਾਕ ਲਾਲ ਰੰਗ ਦੀ ਨਿਸ਼ਾਨੀ ਲਾ ਆਉਂਦਾ ਉਹਨਾਂ ਦੇ ਜੀਵਨ 'ਚ, ਉਹਨਾਂ ਦੇ ਜੀਵਨ 'ਚ ਨਾ ਨਿਸ਼ਾਨੀ ਲਾ ਆਉਂਦਾ ਵੀ ਇਹਨਾਂ ਨੂੰ ਰੰਗ ਆ ਜਿਹੜਾ ਉਹ ਚੜ੍ਹ ਚੁੱਕਿਆ ਗਾ। ਉਹ ਨਿਸ਼ਾਨੀ ਕਿਹੜੀ ਆ? ਬਾਹਰੀ ਤੌਰ 'ਤੇ ਕੋਈ ਲਾਲ ਰੰਗ ਦੀ ਦਸਤਾਰ ਨਾ, ਕੋਈ ਕੱਪੜੇ ਨਾ, ਕੋਈ ਜੁੱਤੀ ਚੱਪਲ ਨਾ। ਫਿਰ ਲਾਲ ਰੰਗ ਤੋਂ ਭਾਵ ਕੀ ਹੈ? ਉਹਨਾਂ ਦੇ ਸ਼ੁਭ ਵਿਚਾਰ, ਵਿਚਾਰਾਂ ਦਾ ਸੰਗ੍ਰਹਿ, ਵਿਚਾਰਾਂ ਦਾ ਲਵਾਸ, ਵਿਚਾਰਾਂ ਦੀ ਸਰਟ ਵਗੈਰਾ ਉਹ ਮਿਲ ਗਈ ਗੁਰੂ ਕੋਲੋਂ। ਅਤੇ ਜਿਹੜੇ ਵਿਚਾਰ ਨੇ ਗੁਰੂ ਨੇ ਦਿੱਤੇ ਨੇ ਸਾਨੂੰ ਸਾਡੇ ਜੀਵਨ ਵਿੱਚ ਹੰਢਾਉਣ ਦੇ ਲਈ, ਜਿਨ੍ਹਾਂ ਨੂੰ ਲਾਲ ਰੰਗ ਕਹਿ ਕੇ ਪੁਕਾਰਿਆ ਗਾ, ਅਤੇ ਇਹ ਵਿਚਾਰ ਕਦੇ ਵੀ ਗੁਰੂ ਵੱਲੋਂ ਮਿਲੇ ਹੋਏ ਵਿਚਾਰ ਕਦੇ ਵੀ ਮੈਲੇ ਨਹੀਂ ਹੁੰਦੇ, ਇਹ ਖਾਸ ਗੱਲ ਆ। ਨਹੀਂ ਤਾਂ ਦੁਨੀਆਂ ਦੇ ਵਿੱਚ ਚੰਦਰਮਾ ਵੀ ਮੈਲਾ, ਸੂਰਜ ਵੀ ਮੈਲਾ, ਧਰਤੀ ਵੀ ਮੈਲੀ, ਪਾਣੀ ਵੀ ਮੈਲਾ, ਬਨਸਪਤੀ ਵੀ ਮੈਲੀ,
मतलब दुनिया दे विच अजिही कोई दात नहीं है, परमात्मा दा कुदरती स्रोत नहीं है जिहड़ा मैला ना होवे। हर एक नूं मैल चढ़दी है, पर इत्थे गुरु ने कहा कहिंदे उह कहिंदे मैला नहीं हुंदा कौण जिन्हां दे जीवन च एक मालक परमेश्वर परमात्मा दी बाणी टिक जावे। मैला कदे ना होवी, नह लागै दागा। हुण पाशे कहिंदे की ने, कहिंदे भाई उह कदे जिंदगी च मैले नहीं हुंदे, गो बच जांदे। जिस मनुख नूं वड्डे भाग जाण जाग पैण, कहो नानक जां कै निर्मल भाग, हर चरणी तां का मन लाग। जिन्हां दे वड्डे भाग जाग पैंदे ने उन्हां दे मन विच प्रभु परमात्मा दे परथाई प्यार पैदा हो जाता, तो वह प्यार नूं गुरु साहब ने लाल रंग दे नाल कह के मेल के संबोधन करके सानू समझा दिता। दूजी गल थोड़ी जी आपां लाल रंग ते भी विचार आ जिहड़ी उह करनी आ। साडे ही समाज दे विच साडी ही कैटागरी दे लोकां ने, साडे भैण भरावां ने साडी कैटागरी दे लोक आ गए, लाल रंग नूं भंडिया भी बहुत आ भाई, लाल रंग नूं भंडिया भी बहुत आ। सोचो आपां कोई भी धर्म दे नाते कर्म कर रहे, कोई भी धर्म दे नाते कर्म कर रहे, कोई भी कर रहे हैं, मन लवो भी उहदे विच असी जो कार्ज कर रहे हैं वह कार्जां दे विच लाल किसी भी तरह के लवास नूं साडा पुजारी लाना मानता नहीं दिंदा। मान लो नीली दस्तार बनी है, कोई लाल बन के आवे तो अकला कहिंदा उपरा उपरा जिहा लगदा भाई तू है गुरद्वारा साहब विखे है, तू गुरु के नेड़े, पर लगता तू उपरा उपरा लाल कपड़े पाई फिर लगा कोई है माड़े होंदे ने। यह भी मन्या जांदा सियाणियां धिरां नूं छड के, सियाणियां धिरां नूं छड के, बस इन्नी काफी है ब्रैकट विच पा के, सियाणियां धिरां नूं छड के नहीं बहुतियां ओह धिरां ने। सो वाहिगुरु भला करे, हन गुरु गोबिंद सिंह दा रूप पंज प्यारे सिंह साहिबान, ओह भी कहिंदे तुसीं सुणे होणगे लाल रंग दी हरे रंग दी आदक वरतों नहीं करनी, वह भी कहते हैं। इतने सानू थोड़ा जा भुलेखे च नहीं पाता भी तुसी लाल रंग नहीं वरतना, जे आप उन्होंने पुछिए चलो असी नहीं लाल रंग वरतते, धन्यवाद जी सोडा तुसी सानू दसता सानू चानन करता, बहुत बहुत धन्यवाद। कि असी तुहानू पुछना चाहते हाँ जो साडा लाल रंग बंद करता ना जी ने, असी तुहानू पुछना चाहते हाँ कि तुसी लाल रंग की वरतों नहीं करते। वह बाबिया जिन्होंने कहा कि तुसी नहीं वरतों करनी, वह कहे ना जी असं चिट्टे चिट्टे नीले नीले अस तो आ वस्त्र बदलते हैं साडा तो लिबास लाल रंग तो उपर असी तो माड़ा मानते हैं, लाल रंग नाल असी संबंध नहीं रखते, ताइयों असी थोनू दसता भाई संगत जी भी लाल रंग ना वरत्यो। हुण इत्थे जवाब की है सियाने पुरखां वल्लों कि तुसी लाल रंग वरते नहीं, वह कहते ना। फिर अगे सियाने पुरख ने सब तो पहला जिहड़ा अटैक आ किस चीज़ ते कीता, मनुखी खून ते। दसगा भला तेरे अंदर खून लाल रंग दा कि चिट्टे रंग दा, दस जवाब की है भी लाल। पर तू कहना मैं लाल रंग नूं मानता नहीं दिंदा, माड़ा मानदा गा, यह तो बहुत घटिया रंग हुंदा, चंगा रंग नहीं हुंदा गा। चलो देर आए दुरुस्त आए, बहुते इस चीज़ तो निकल चुके ने, सत्कार योगों जिन्हां दे दिमाग दे विच किसी तरह की रंग की कोई बहुती ज्यादा मानता नहीं दसी जाती। चलो पातशाह जी कहिंदे फिर पुछना कीता भी खून आ जिहड़ा लाल रंग दा, हाँ अपने घर दे विच सब्जी बनाउंदा होएगा नहीं बनाउंदा, बनाउंदे देखे होणगे, हाँ जी देखे आ, लाल रंग दीआं मिर्चां तां नहीं पाउंदे, कहिंदा पाउंदे आ जी। फिर क्यों नफरत कीती इहनां, होरां नफरत करवाई इहनां, क्यों नफरत का धार नहीं बनिया, बच माड़ा जा कि लाल रंग का तुसी होर कुछ भी नहीं वरतते, यही गल की तू लाल रंग का कुछ भी नहीं वरते, वरते टमाटर लाल रंग दी है ना, मझां दा खून लाल रंग दी है ना। सोचो इस करके कहने तो भाव एक वह धोरा धेरा गई जिहड़ी लाल रंग नूं माड़ा कह रही है, पर आपां नहीं कहना, साढ़े ते गुरु साहब ने बख्शिश की आ, लाल रंग तिसको लगा जिस कै बड़भागा, मैला कदे ना हो बई नह लागै दागा।
ਕਦੇ ਮੈਲਾ ਨਹੀਂ ਹੁੰਦਾ ਗਾ ਤੇ ਨਾ ਕਦੇ ਇਸ ਰੰਗ ਦੇ ਧਾਰਨੀ ਮਨੁੱਖ ਨੂੰ ਦਾਗ ਲੱਗੇ। ਖਾਸ ਗੱਲ ਆ ਗਈ, ਮੈਲਾ ਹੋਵੇ ਨਾ ਹੋਵੇ ਉਹ ਇੱਕ ਬਾਹਰੀ ਕਰਮ ਆ, ਪਰ ਜਿਹੜੀ ਆਹ ਗੱਲ ਮੇਰੇ ਬਾਪ ਨੇ ਕਹੀ ਹੈ ਨਾ, ਮੇਰੇ ਪਾਤਸ਼ਾਹ ਨੇ ਕਹੀ ਆ ਵੀ ਉਹ ਕਦੇ ਦਾਗ ਦੇ ਵਿੱਚ ਨਹੀਂ ਜਾਂਦੇ ਗੇ, ਦਾਗ ਤੋਂ ਬਚ ਜਾਂਦੇ ਨੇ, ਦਾਗੀ ਨਹੀਂ ਹੁੰਦੇ ਗੇ। ਅੱਛਾ, ਇਹ ਗੱਲ ਕਿਹਦੀ ਚੱਲਦੀ? ਦਾਗੀ ਨਹੀਂ ਹੁੰਦੇ ਗੇ ਜਿਨ੍ਹਾਂ ਦੇ ਜੀਵਨ 'ਚ ਲਾਲ ਰੰਗ ਪ੍ਰਵੇਸ਼ ਹੋ ਗਿਆ। ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਫਿਰ ਇੱਕ ਵਾਰੀ ਪੰਕਤੀ ਪੜ੍ਹ ਲਓ ਆਪਾਂ, ਲਾਲ ਰੰਗ ਤਿਸਕੋ ਲੱਗਾ ਜਿਸਕੈ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਅੱਗੇ ਕਹਿੰਦੇ ਪਾਤਸ਼ਾਹ ਜੀ, ਜਰਾ ਮਰਾ ਨਹਿ ਵਿਆਪਈ, ਕਹਿੰਦੇ ਜਿੱਥੇ ਮੈਲਾ ਨਹੀਂ ਹੁੰਦਾ ਨਾ ਇਹ ਰੰਗ, ਜਿੱਥੇ ਗੁਰਮੁਖ ਪਿਆਰਿਆਂ ਦੇ ਜੀਵਨ 'ਚ ਨਾਮ ਬਾਣੀ ਦਾ ਰੰਗ ਚੜ੍ਹ ਗਿਆ, ਲਾਲ ਰੰਗ ਚੜ੍ਹ ਗਿਆ, ਮੈਲਾ ਨਹੀਂ ਹੁੰਦਾ ਉੱਥੇ, ਕਹਿੰਦੇ ਹੋਰ ਵੀ ਖਾਸ ਗੱਲਾਂ ਜੁੜ ਗਈਆਂ ਇਹਦੇ ਨਾਲ, ਖਾਸ ਗੱਲਾਂ ਹੋਰ ਵੀ ਜੁੜ ਗਈਆਂ। ਕਿਹੜੀਆਂ ਕਿਹੜੀਆਂ ਗੱਲਾਂ? ਆਹ ਗੱਲਾਂ ਜੁੜ ਗਈਆਂ, ਜਰਾ ਮਰਾ, ਕਹਿੰਦੇ ਉਹ ਮਨੁੱਖ 'ਤੇ ਕਦੇ ਬੁਢੇਪਾ ਨਹੀਂ ਆਉਂਦਾ ਜਿਹਨੂੰ ਲਾਲ ਰੰਗ ਚੜ੍ਹ ਜਾਵੇ। ਦੇਖੋ ਕਿੱਡੀ ਵੱਡੀ ਬਖਸ਼ਿਸ਼ ਆ, ਉਹ ਮਨੁੱਖ ਕਦੇ ਬੁੱਢਾ ਨਹੀਂ ਹੁੰਦਾ ਗਾ। ਆਪਾਂ ਤਾਂ ਫਿਰ ਸਵਾਲ ਕਰਾਂਗੇ ਨਾ ਪਾਤਸ਼ਾਹ, ਤੁਸੀਂ ਕਹਿੰਦੇ ਹੋ ਉਹ ਮਨੁੱਖ ਕਦੇ ਬੁੱਢਾ ਨਹੀਂ ਹੁੰਦਾ ਗਾ ਜਿਸ ਮਨੁੱਖ ਨੂੰ ਲਾਲ ਰੰਗ ਚੜ੍ਹ ਜਾਏ। ਲਾਲ ਰੰਗ ਗੁਣਾਂ ਦਾ ਰੰਗ, ਦੇਵੀ ਪ੍ਰਕਾਸ਼ ਕਹਿ ਲਓ, ਅੰਤਰ ਆਤਮੇ ਗੁਰਬਾਣੀ ਦਾ ਗਿਆਨ ਟਿਕ ਜਾਣਾ, ਲਾਲ ਰੰਗ ਆ ਨਾ, ਅਤੇ ਇਹ ਗੁਣਾਂ ਦਾ ਧਾਰਨੀ ਮਨੁੱਖ ਕਦੇ ਵੀ ਬੁੱਢਾ ਨਹੀਂ ਹੁੰਦਾ। ਜਿੱਥੇ ਪਿੱਛੇ ਆਪਾਂ ਪੜ੍ਹ ਕੇ ਗਏ ਨੇ ਵੀ ਕਦੇ ਉਹਨਾਂ ਨੂੰ ਦਾਗ ਨਹੀਂ ਲੱਗਦਾ, ਦਾਗ ਤੋਂ ਰਹਿਤ ਹੁੰਦੇ ਨੇ, ਇਵੇਂ ਜਿਵੇਂ ਆਹ ਕਿਸਮ ਦੇ ਲੋਕ ਕਦੇ ਭਾਈ ਬੁੱਢੇ ਨਹੀਂ ਹੁੰਦੇ ਗੇ। ਕਮਾਲ ਦੀ ਗੱਲ ਆ, ਫਿਰ ਤਾਂ ਚਲੋ ਮੰਨ ਲਓ ਸਾਡਾ ਸਾਰਾ ਜ਼ੋਰ ਇੱਥੇ ਲੱਗਿਆ ਹੋਇਆ ਗਾ ਵੀ ਅਸੀਂ ਬੁੜੇ ਨਾ ਹੋਈਏ। ਬੜੇ ਵੱਡੇ ਵੱਡੇ ਸਾਡੇ ਪਿੰਡਾਂ ਦੇ ਵਿੱਚ ਸਾਡੇ ਸਰੀਰ ਨੂੰ ਚਮਕਾਉਣ ਵਾਸਤੇ, ਜਵਾਨ ਰੱਖਣ ਵਾਸਤੇ ਦੁਕਾਨਾਂ ਖੁੱਲ੍ਹ ਚੁੱਕੀਆਂ ਨੇ। ਚਲੋ ਦੁਕਾਨਾਂ ਦਾ ਨਾਂ ਤੁਸੀਂ ਜਾਣਦੇ ਹੋ, ਅੱਜ ਕੱਲ੍ਹ ਉਹਨਾਂ ਨੂੰ ਕੀ ਕਹਿੰਦੇ ਨੇ, ਅਜਿਹੀ ਤੇਰੀ ਸ਼ਕਲ ਬਣਾ ਦਾਂਗੇ ਦੇਖਣ ਨੂੰ ਜਵਾਨ ਹੀ ਲੱਗੇਗਾ, ਬਸ ਦੇਖਣ ਨੂੰ ਲੱਗੀ ਜਾਵਾਂ, ਪਰ ਜਵਾਨਗੀ ਤਾਂ ਖਤਮ ਆ ਨਾ, ਤਾਕਤ ਤਾਂ ਖਤਮ ਆ ਗਈ। ਪਰ ਗੁਰੂ ਸਾਹਿਬ ਨੇ ਇੱਥੇ ਬੜੀ ਵਧੀਆ ਕਿਰਪਾ ਕੀਤੀ ਆ, ਪਿਆਰਿਆ ਵੇਖ ਭਾਵੇਂ ਤੂੰ ਦੇਖਣ ਨੂੰ ਬੁੱਢਾ ਲੱਗੇ, ਕੋਈ ਸ਼ੱਕ ਨਹੀਂ ਤੂੰ ਬੁਢੇਪੇ ਦੇ ਵਿੱਚ ਚਲਾ ਗਿਆ ਸਰੀਰ ਕਰਕੇ, ਪਰ ਸੱਚਾ ਵੀ ਜੇ ਸਾਡੇ ਅੰਤਰ ਆਤਮੇ ਗੁਰਬਾਣੀ ਦਾ ਗਿਆਨ ਟਿਕਿਆ ਹੋਇਆ, ਇਹ ਖੁਰਾਕ ਟਿੱਕੀ ਹੋਈ ਆ, ਤਾਂ ਅਸੀਂ ਸੁਰਤ ਕਰਕੇ ਕਦੇ ਬੁੱਢੇ ਨਹੀਂ ਹੁੰਦੇ। ਇਹ ਤੁਸੀਂ ਵਿਚਾਰ ਬਹੁਤ ਵਾਰੀ ਸੁਣੀ ਆ, ਗੁਰਮੁਖ ਬੁੱਢੇ ਕਦੇ ਨਾ ਹੀ ਜਿੰਨਾ ਅੰਤਰ ਸੁਰਤ ਗਿਆਨ, ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਨਾ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਵੇ, ਉਹ ਸਰੀਰ ਕਰਕੇ ਬੁੜੇ ਹੋਣ ਤੋਂ ਬਾਅਦ ਵੀ ਬੁੜੇ ਨਹੀਂ ਹੁੰਦੇ ਗੇ, ਬਜ਼ੁਰਗ ਨਹੀਂ ਹੁੰਦੇ। ਇੱਥੇ ਲਿਖਿਆ ਜਰਾ ਮਰਾ ਨਾ ਵਿਆਪਈ, ਜਰਾ ਬੁਢੇਪਾ, ਮਰਾ ਦੂਜੀ ਗੱਲ, ਉਹਨਾਂ ਨੂੰ ਮੌਤ ਵੀ ਨਹੀਂ ਆਉਂਦੀ। ਇਹ ਕਹਾਣੀਆਂ ਨਾ ਸਾਨੂੰ ਲੱਭਣ ਦੇ ਲਈ ਦੂਰ ਕਿਸੇ ਗੁਆਂਢੀ ਪਰਿਵਾਰ ਕੋਲ ਜਾਣ ਦੀ ਲੋੜ ਨਹੀਂ, ਸਾਡੇ ਆਪਦੇ ਘਰ ਵਿੱਚ ਹੀ ਬਹੁਤ ਵੱਡਾ ਇਤਿਹਾਸ ਹੋਇਆ ਪਿਆ। ਬੁਢੇਪੇ ਦੀ ਗੱਲ ਕਰੀਏ ਨਾ, ਗੁਰੂ ਅਮਰਦਾਸ ਮਹਾਰਾਜ ਜੀ ਦਾ ਬੁਢੇਪਾ ਵੇਖ ਸਕਦੇ ਹਾਂ ਆਪਾਂ ਸਾਰੇ, ਬਸ ਮੇਰੇ ਖਿਆਲ ਮੁਤਾਬਕ ਉੱਥੇ ਕੋਈ ਸ਼ੱਕ ਰਹਿੰਦੀ ਨਹੀਂ ਹੈ, ਕੋਈ ਵੀ ਨਹੀਂ ਸ਼ੱਕ ਰਹੂਗੀ। ਬੁਢੇਪੇ ਦੀ ਗੱਲ ਹੋ ਰਹੀ ਹੈ ਨਾ, ਉਹਨਾਂ ਦੇ ਜੀਵਨ 'ਚ ਬੁਢੇਪਾ ਨਹੀਂ ਆਉਂਦਾ, ਉਹ ਬੁੱਢੇ ਨਹੀਂ ਹੁੰਦੇ ਕਦੇ। ਜੇ ਬੁਢੇਪੇ ਦੀ ਗੱਲ ਹੀ ਵੇਖਣੀ ਹੋਵੇ ਤਾਂ ਬਾਬਾ ਬੁੱਢਾ ਜੀ ਉਹਨਾਂ ਦੇ ਜੀਵਨ 'ਚੋਂ ਵੇਖ ਸਕਦੇ ਹਾਂ। ਬੁਢੇਪੇ ਦੀ ਗੱਲ ਵੇਖਣੀ ਹੋਵੇ, ਆਪ ਜੀ ਨੂੰ ਪਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜਿਸ ਵਕਤ ਹਰਿਮੰਦਰ ਸਾਹਿਬ ਦੇ ਵਿੱਚ ਕੀਤਾ ਗਿਆ, ਉਸ ਵਕਤ ਬਾਬਾ ਬੁੱਢਾ ਜੀ ਦੀ ਉਮਰ ਕਿੰਨੀ ਸੀ? 98 ਸਾਲ। 98 ਸਾਲ ਦਾ ਬਜ਼ੁਰਗ, ਆਪ ਜੀ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲਿਖਤ ਸੰਪੂਰਨ ਹੋਣ 'ਤੇ ਰਾਮਦਾਸ ਸਰੋਵਰ ਦੇ ਕੰਢੇ ਤੋਂ ਆਪਣੇ ਸਿਰ 'ਤੇ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚੁੱਕ ਕੇ ਲੈ ਕੇ ਆਏ ਸੀ।
ਕਿੰਨੀ ਉਮਰ ਦਾ ਜਿਹੜਾ ਇਤਿਹਾਸ ਹੈਗਾ 98 ਸਾਲ ਦੀ ਉਮਰ ਦਾ, ਜਵਾਨੀ ਨਹੀਂ, ਬਚਪਨ ਨਹੀਂ, ਅੱਧ ਖੜ ਉਮਰ ਨਹੀਂ ਹੈ। ਅਤੇ 98 ਸਾਲ ਦਾ ਬਜ਼ੁਰਗ ਚਾਹੇ ਕੋਈ ਮਾਂ ਹੋਵੇ ਅਤੇ ਚਾਹੇ ਕੋਈ ਵੀਰ ਹੋਵੇ, ਉਹਦੇ ਬੰਨੀ ਅਸੀਂ ਅੱਜ ਨਿਗਾਹ ਮਾਰ ਕੇ ਵੇਖ ਸਕਦੇ ਹਾਂ ਕਿ ਸੱਚਮੁੱਚ ਅੱਜ ਦਾ ਬਜ਼ੁਰਗ 98 ਸਾਲ ਦੀ ਉਮਰ ਵਿੱਚ ਜ਼ਿੰਦਗੀ ਜਿਉਣ ਵਾਲਾ ਬਾਬਾ ਬੁੱਢਾ ਜੀ ਵਰਗੀ ਤਾਕਤ ਰੱਖਦਾ? ਨਾ, ਜਵਾਬ ਆਊਗਾ ਨਾ। ਕਿ ਅੱਜ ਦਾ ਇਹ ਬੰਦਾ, ਆਹ ਬਜ਼ੁਰਗ ਇੰਨੀ ਉਮਰ ਦਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵਰਗੀ ਅਵਸਥਾ ਬਣਾ ਸਕਦਾ? ਨਾ, ਜਵਾਬ ਇਹੀ ਹੋਊਗਾ ਨਾ, ਨਹੀਂ ਬਣ ਸਕਦੀ, ਹੈ ਨਾ। ਚਲੋ, ਇੰਨੀ ਕਾਫੀ ਆ ਕਿ 80 ਸਾਲ ਦੀ ਕੋਈ ਬਜ਼ੁਰਗ ਮਾਤਾ ਗੁਜਰ ਕੌਰ ਜੀ ਵਰਗੀ ਆਪਣੀ ਅਵਸਥਾ ਬਣਾ ਸਕਦੀ ਹੈ? ਨਾ, ਜਵਾਬ ਆਉਣਾ। ਪਰ ਕਿਹਾ ਕਿ ਸੀ ਗੁਰਮੁਖ ਬੁੱਢੇ ਕਦੇ ਨਾ, ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਨੇ ਆਪਣੀ ਸੁਰਤ ਦੇ ਵਿੱਚ ਰੱਬੀ ਭੈ ਅਦਬ ਸਤਿਕਾਰ ਗੁਣ ਗੁਰਬਾਣੀ ਟਕਾਈ ਆ ਨਾ, ਉਹ ਐਟੋਮੈਟਿਕ ਹੀ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਕੇ ਬੁਢੇਪੇ ਤੋਂ ਰਹਿਤ ਹੋ ਗਏ। ਸਰੀਰ ਭਾਵੇਂ ਵੇਖਣ ਨੂੰ ਬੁੱਢਾ ਲੱਗਦਾ, ਪਰ ਅੰਦਰ ਦੀ ਜਿਹੜੀ ਹਾਲਤ ਆ ਨਾ, ਉਹ ਜਵਾਨਾਂ ਵਾਲੀ ਆ, ਉਹ ਨਿਰ ਦੇ ਗਏ, ਭੱਜ ਭੱਜ ਕੇ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕਰਦੇ। ਚਲੋ, ਇੰਨੀ ਕਾਫੀ ਆ। ਪਾਤਸ਼ਾਹ ਨੇ ਇੱਥੇ ਕਿਹਾ ਜਰਾ ਮਰਾ ਨਾ ਵਿਆਪਈ, ਉਹਨਾਂ ਦੀ ਜ਼ਿੰਦਗੀ 'ਚ ਕਦੇ ਬੁਢੇਪਾ ਨਹੀਂ ਆਉਂਦਾ, ਗੁਰਮੁਖ ਬੁੱਢੇ ਕਦੇ ਨਾ ਹੀ, ਜਿੰਨਾ ਅੰਤਰ ਸੁਰਤ ਗਿਆਨ। ਅੱਗੇ ਲਿਖਿਆ ਮਰਾ, ਮਰੇ ਦੇ ਅਰਥ ਤੁਸੀਂ ਸਾਰੇ ਸਮਝ ਲਓ, ਮਰਨਾ, ਸਰੀਰ ਛੱਡ ਜਾਣਾ। ਬਹੁਤੇ ਸਰੀਰ ਨਹੀਂ ਛੱਡਦੇ, ਸੁਰਤ ਕਰਕੇ ਮਰ ਜਾਂਦੇ ਨੇ। ਹੁਣ ਇੱਥੇ ਗੁਰੂ ਸਾਹਿਬ ਨੇ ਗੱਲ ਕੀਤੀ ਆ ਮਰਨ ਦੀ, ਕਹਿੰਦੇ ਦੂਜਾ ਜਿਨ੍ਹਾਂ ਨੂੰ ਰੰਗ ਚੜ੍ਹ ਜਾਵੇ ਨਾ, ਲਾਲ ਰੰਗ ਇੱਥੇ ਆਪਣੀ ਵਿਚਾਰ ਚੱਲ ਰਹੀ ਆ, ਤਿਸ ਕਉ ਲੱਗਾ ਜਿਸ ਕੈ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਹੁਣ ਇੱਥੇ ਵਿਚਾਰ ਚੱਲ ਰਹੀ ਆ ਵੀ ਉਹਨਾਂ ਦੇ ਜੀਵਨ 'ਚ ਏਡੀ ਵੱਡੀ ਬਖਸ਼ਿਸ਼ ਹੋ ਜਾਂਦੀ ਆ, ਮੈਲੇ ਨਹੀਂ ਹੁੰਦੇ ਹੋ, ਮੈਲ ਤੋਂ ਰਹਿਤ ਹੁੰਦੇ ਨੇ, ਬੁੱਢੇ ਨਹੀਂ ਹੁੰਦੇ ਹੋ, ਬੁਢੇਪੇ ਤੋਂ ਰਹਿਤ ਹੁੰਦੇ ਨੇ। ਅਗਲੀ ਗੱਲ ਕੀ ਕਹਿ ਦਿੱਤੀ, ਉਹ ਲੋਕ ਜਿੱਥੇ ਬੁੱਢੇ ਨਹੀਂ ਹੁੰਦੇ, ਮੈਲੇ ਨਹੀਂ ਹੁੰਦੇ, ਅਤੇ ਉਹ ਲੋਕ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ, ਉਹ ਲੋਕ ਕੀ ਹੈ, ਮਰਦੇ ਵੀ ਨਹੀਂ ਹਨ, ਉਹ ਸਦਾ ਹੀ ਜਿਉਂਦੇ ਰਹਿੰਦੇ ਨੇ। ਕਿਸ ਰੂਪ 'ਚ, ਇਹ ਵੀ ਮੰਨਣਾ ਪਊ ਨਾ ਵੀ ਕਿਸ ਰੂਪ 'ਚ, ਸਰੀਰ ਕਰਕੇ ਤਾਂ ਸਭ ਹੀ ਕਹਿੰਦੇ। ਹੁਣ ਜਿਹਨੇ ਕਿਹਾ ਵੀ ਉਹ ਲੋਕ ਮਰਦੇ ਨਹੀਂ ਜਿਨ੍ਹਾਂ ਦੀ ਸੁਰਤ 'ਚ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੋ ਜਾਵੇ, ਉਹ ਟਿਕ ਜਾਵੇ, ਥਾਂ ਬਣ ਜੇ, ਉਹ ਨਹੀਂ ਮਰਦੇਗੇ। ਇਹ ਗੱਲ ਕਿਹਨੇ ਕਹੀ ਆ? ਪੰਜਵੇਂ ਪਾਤਸ਼ਾਹ। ਚਲੋ, ਆਪਾਂ ਨੋਰਮਲ ਜੀ ਗੱਲ ਪੰਜਵੇਂ ਪਾਤਸ਼ਾਹ ਨੂੰ ਪੁੱਛ ਸਕਦੇ ਹਾਂ ਵੀ ਸੱਚੇ ਪਾਤਸ਼ਾਹ, ਤੁਸੀਂ ਏਡੀ ਵੱਡੀ ਗੱਲ ਲਿਖਤੀ, ਏਡੀ ਵੱਡੀ ਗੱਲ ਦਾ ਸਾਨੂੰ ਕਿੰਨਾ ਸੋਹਣਾ ਗਿਆਨ ਬਖਸ਼ ਦਿੱਤਾ, ਪਰ ਅਸੀਂ ਇਸ ਗੱਲ 'ਤੇ ਹੈਰਾਨ ਹਾਂ, ਤੂੰ ਖੁਦ ਲਿਖਣ ਵਾਲਿਆ, ਤੂੰ ਤਾਂ ਖੁਦ, ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਇਤਿਹਾਸ ਦੇ ਵਿੱਚੋਂ, ਤੂੰ ਤਾਂ ਖੁਦ ਆਪ ਤੱਤੀ ਲੋਹ 'ਤੇ ਬੈਠ ਕੇ ਆਪਣੇ ਆਪ ਨੂੰ ਸ਼ਹੀਦ ਕਰਵਾ ਗਿਆ। ਚਲੋ, ਜੋ ਹੁਕਮ ਸੀ ਹੁਕਮ ਦੇ ਅਨੁਸਾਰ ਸ਼ਹੀਦੀਆਂ ਪਾ ਗਏ, ਤੁਸੀਂ ਤਾਂ ਖੁਦ ਚੜ੍ਹਾਈ ਕਰ ਗਏ, ਤੁਸੀਂ ਗੱਲ ਕੀਤੀ ਉਹ ਮਰਦੇ ਨਹੀਂ, ਤੁਸੀਂ ਕਿਉਂ ਮਰੇ ਫਿਰ, ਤੁਸੀਂ ਕਿਉਂ ਖਤਮ ਹੋਏ? ਫਿਰ ਪਾਤਸ਼ਾਹ ਨੇ ਬੋਲ ਕੇ ਕੀ ਦੱਸਿਆ, ਪੁੱਤ ਸਰੀਰ ਕਰਕੇ ਤਾਂ ਕੋਈ ਵੀ ਨਹੀਂ ਰਹਿੰਦਾ, ਪਰ ਇੱਥੇ ਗੱਲ ਕਿਹੜੀ ਆ, ਗੱਲ ਇਹ ਆ ਵੀ ਜਿਨ੍ਹਾਂ ਨੇ ਆਪਣੀ ਸੁਰਤ ਨੂੰ ਉੱਚਾ ਚੁੱਕ ਲਿਆ ਨਾ, ਉਹ ਸੁਰਤ ਅਤੇ ਸਰੀਰ ਦਾ ਆਪਸੀ ਸੰਬੰਧ ਟੁੱਟ ਜਾਂਦਾ ਹੈ, ਅਤੇ ਜਿਨ੍ਹਾਂ ਦੀ ਸੁਰਤ ਦਾ ਸੰਬੰਧ ਗੁਰੂ ਨਾਲ ਬਣਿਆ ਰਹਿੰਦਾ ਹੈਗਾ, ਉਹੀ ਫਿਰ ਵਡਭਾਗੇ ਹੁੰਦੇ ਨੇ, ਅਤੇ ਉਹੀ ਭਾਈ ਆਪਣੀ ਜ਼ਿੰਦਗੀ 'ਚ ਚੰਗਾ ਰੰਗ ਚੜਵਾ ਲੈਂਦੇ ਨੇ, ਉਹੀ, ਹੋਰ ਨਹੀਂ ਹੁੰਦੇਗੇ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫਿਰ ਅੰਤਰ ਆਤਮੇ ਛੁਪੇ ਹੋਏ ਗਿਆਨ ਨੇ ਉਹਨਾਂ ਨੂੰ ਸਦਾ ਲਈ ਅਮਰ ਕਰ ਦਿੱਤਾ। ਪੰਜਵੇਂ ਪਾਤਸ਼ਾਹ ਸਦਾ ਲਈ ਅਮਰ ਬੋਲਦੇ ਨੇ, ਸਾਹਿਬ ਮੇਰਾ ਨੀਤ ਨਵਾਂ, ਨਿੱਤ ਨਵੀਂ ਗੱਲ ਸੁਣਾਉਂਦਾ। ਆਪਾਂ ਕਹਿੰਦੇ ਹਾਂ ਵੀ ਤੁਸੀਂ ਚੜ੍ਹਾਈ ਕਰ ਗਏ, ਉਹ ਤਾਂ ਬੈਠਾ ਸਾਡੇ ਸੁਰਤ ਕਰਕੇ, ਇੱਕ ਉਹ ਲੋਕ ਨੇ ਸਰੀਰ ਕਰਕੇ ਜਿਉਂਦੇ ਨੇ ਪਰ ਅੰਦਰੋਂ ਖਤਮ। ਚਲੋ, ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ, ਜਰਾ ਮਰਾ ਨਾ ਵਿਆਪਈ, ਉਹਨਾਂ ਦੀ ਜ਼ਿੰਦਗੀ 'ਚ ਨਾ ਬੁਢੇਪਾ ਆਵੇ, ਨਾ ਉਹ ਅੰਤਰਾਤਮੇ ਮਰਨ, ਉਹ ਹਮੇਸ਼ਾ ਜਿਉਂਦੇ ਰਹਿੰਦੇ ਨੇ, ਦਾਤਾ ਅਤੇ ਭਗਤ ਸੂਰਮੇ ਤਿੰਨੇ ਜੱਗ ਜਿਉਂਦੇ ਨੇ।
फिर पाशाह जिक्र की करते ने कहते फिर दुख ना पाया एक भी दुख नहीं मिलेगा। पी अमृत आगानिया गुर अमर कराया। पी की पीना है अमृत, अमृत बाणी, बाणी दी विचार, विचार नू रूह दी खुराक बना के पिया कर। अमृत पीवो सदा चिर जीवो, अमृत पी के की होना गा सदा ही जीवना। सदा दे विच ओ वक्त ही नहीं आवेगा जिस दिन तू मरेगा, वह वक्त नहीं आता ना, वह तो बरक ही पाट गया जिस दिन तू इस धरती तो मरना। अमृत पीवो सदा चिर जीवो। फिर पाशाह जी इत्थे कहिंदे ने कहिंदे पी अमृत आगानिया गुर अमर कराया। मेरे गुरु ने मैनू अमृत की दात दे के ना ऐसी बख्शिश कर दिती, ऐसी कृपा कर दिती कि मैं अपने आप नू अमर कर लिया। अमर तो भाव है ना मरन वाला, मैं कदे हुण मरांगा नहीं, मैं सदा जिउंदा रहांगा। सो जानै जिन चाखिया हर नाम अमोला। कहिंदे इस नाम रूपी खुराक दी कीमत कोई कोई जानदा, कोई कोई हरेक नहीं जानदा, हरेक नहीं मतलब इस नाम रूपी कीमत नाल संबंधित कोई कोई जानदा। फिर पाशाह ने की कहा गा कहिंदे फिर ओ भाई अपनी जिंदगी च अमोलक बन जांदे ने, अमुल गुण, अमुल व्यापार, अमुल व्यापारीए, अमुल भंडार, अमुल आवहे, अमुल लै जाहे, अमुल भाई, अमुला समाहे। पूरा शब्द किन्ना सोहना बयान किया। फिर पाशाह जी कहिंदे उन्हां दी जिंदगी अमुल हो जांदी आ अमोलक, कहते जिंदगी उन्होंने घाटा नहीं आता गा, घाटे तो पासे हो जाते हैं। चलो सारे की भावना ही आ भी सानू घाटा ना पवे, गुरु ना जुड़िया कदे घाटा नहीं पैंदा, ना उमरे ना ठागे जाहे, जिन कह राम बसै मन माहे। अगे पाशाह जी कहते ने कीमत कही ना जाइए क्या कह मुख बोला। कहते फिर उन्हों की कीमत कही नहीं जा सकती। कि गल चल रही है आरंभ वाल फिर अपना एक बार ध्यान लै जो, जिन्होंने लाल रंग लग गया, जिन्होंने अपने आप नू मैल तो बचा लिया, जिन्होंने मौत नहीं आती, जिन्होंने बुढ़ेपा नहीं आता, वो लोग ने ही लोग उन्हों की गल चल रही है। वह कौन ने? वो आप भी हो सकते हैं, वो अपने तो दूजे भी हो सकते हैं। फिर पाशाह जी कहते ने कीमत कही ना जाइए क्या कह मुख बोला, उन्हों की कीमत नहीं पाई जा सकती। लास्ट में गुरु साहब जिक्र करते ने सफल दरस तेरा पार ब्रह्म। हे मालक जी तेरा दर्शन बड़ा सफल है, कामयाब है। बाकी मैं दर्शन बहुत करदा दुनिया च, बाकी दर्शन करन दे नाल मैनूं कामयाबी नहीं मिली, कामयाबी तां तेरे नाल जुड़ के मिली है। सफल दर्शन, सफल तो भाव हुंदा कामयाब जिंदगी। सफल दर्श तेरा पार ब्रह्म गुण निध तेरी बाणी, गुण निध भाव खजाना, निध तेरी बाणी, तेरी बाणी बहुत गुणा दा खजाना है। पावूं धूर तेरे दास की नानक कुरबानी। हे वाहिगुरु जी मैनू तेरे दासां दी धूड़ मिल जावे, तेरे दासां दी धूड़ ही मेरी जिंदगी दा एक बहुत बड़ा अंग है, खुराक है, उही ही मेरी जिंदगी नू बदलन वाला कॉन्सेप्ट है। सो इतों तक शब्द दी विचार संपूर्ण है। गुरबाणी पढ़दे आ बोलदे आ, बड़ियां भुलां रह जांदियां ने, संगत गुरु साहब बख्शण योग ने, सब दा धन्नवाद जी। वाहिगुरु जी का खालसा, वाहिगुरु जी की फतेह। राम कली महला तीजा, आनंद एक ओंकार, सतगुर प्रसाद।